ਜੀ ਦੋਸਤੋ, ਕੀ ਹਾਲ ਚਾਲ ਨੇ? ਅਤੇ ਹੁਣ ਆਪਾਂ ਗੱਲ ਕਰਾਂਗੇ ਕ੍ਰਿਊ ਫਿਲਮ ਦੀ। ਕਰਦੇ ਆ ਕ੍ਰਿਊ ਫਿਲਮ, ਇੱਕ OTT ਪਲੇਟਫਾਰਮ 'ਤੇ ਫਿਲਮ ਆਈ ਹੋਈ ਆ, ਸਿਨੇਮੇ 'ਚ ਰਿਲੀਜ਼ ਹੋਈ ਆ, ਅਤੇ ਇਹ ਫਿਲਮ ਹੈਗੀ ਬੋਲੀਵੁੱਡ ਦੀ। ਅਤੇ ਇਸ ਫਿਲਮ ਦੀ ਤੁਹਾਨੂੰ ਰਿਵਿਊ ਦੇ ਰਿਹਾ ਮੈਂ ਇਸ ਕਰਕੇ ਕਿਉਂਕਿ ਇਸ ਫਿਲਮ ਬੱਚੇ ਵਾਸਤੇ ਨਹੀਂ ਹੈਗੀ ਅਤੇ ਨਾ ਹੀ ਬੱਚੇ ਇਸ ਫਿਲਮ ਨੂੰ ਦੇਖਣ। ਇਹ 18+ ਫਿਲਮ ਹੈਗੀ ਆ, ਬੱਚਿਆਂ ਵਾਲੀ ਫਿਲਮ ਨਹੀਂ ਹੈਗੀ, ਠੀਕ ਆ ਜੀ। ਅਤੇ ਹੁਣ ਇਸ ਫਿਲਮ ਨੂੰ, ਇਸ ਫਿਲਮ ਵਿੱਚ ਜੋ ਕਿ ਕਰੀਨਾ ਕਪੂਰ ਨੂੰ ਤਾਂ ਆਪਾਂ ਬੇਬੋ ਹੀ ਕਹਿ ਦਾਂਗੇ, ਹੈ ਹੀ ਬੇਬੋ, ਠੀਕ ਹੈ ਜੀ। ਇਸ ਫਿਲਮ ਵਿੱਚ ਆਪਾਂ ਕਰੀਨਾ ਕਪੂਰ ਨੂੰ ਬੇਬੋ ਹੀ ਕਹਿ ਦਾਂਗੇ, ਹੈ ਵੀ ਬੇਬੋ ਹੈ, ਠੀਕ ਹੈ ਜੀ। ਤਾਂ ਉਹ ਤੋਂ ਬਾਅਦ ਜਿਹੜੀ ਹੈਗੀ ਕ੍ਰਿਤੀ ਸੈਨਨ, ਉਹਦਾ ਨਾਮ ਹੈਗਾ ਦਿਵਿਆ। ਦਲਜੀਤ ਦੋਸਾਂਝ ਵੀ ਵਿੱਚ ਹੈਗਾ ਇਹਦਾ, ਉਹ ਦਿਵਿਆ ਦਾ ਆਸ਼ਿਕ ਹੁੰਦਾ, ਦਿਵਿਆ ਯਾਰ ਹੁੰਦਾ, ਅਤੇ ਐਂਡ 'ਤੇ ਦਿਵਿਆ ਨਾਲ ਉਹਦਾ ਵਿਆਹ ਹੋ ਜਾਂਦਾ, ਕ੍ਰਿਤੀ ਸੈਨਨ ਨਾਲ ਉਹਦਾ ਵਿਆਹ ਹੋ ਜਾਂਦਾ। ਅਤੇ ਹੁਣ ਤੁਸੀਂ ਇਹ ਜਾਣਨਾ ਚਾਹੁੰਦੇ ਹੋ ਕਿ ਫਿਲਮ ਦੀ ਸਟੋਰੀ ਕੀ ਆ, ਅਤੇ ਤੁਹਾਨੂੰ ਫਿਲਮ ਦੀ ਮੋਟੀ ਮੋਟੀ ਸਟੋਰੀ ਦੱਸ ਦਿੰਦੇ ਹਾਂ, ਜਿਹਦੇ 'ਚ ਤੱਬੂ ਵੀ ਹੈਗੀ ਆ। ਇਹ ਤਿੰਨ ਸਹੇਲੀਆਂ ਹੁੰਦੀਆਂ ਅਤੇ ਏਅਰ ਹੋਸਟਲ ਬਣਨਾ ਚਾਹੁੰਦੀਆਂ ਹੁੰਦੀਆਂ। ਤਾਂ ਤੱਬੂ ਦਾ ਨਾਮ ਇਹਦੇ ਵਿੱਚ ਹੈਗਾ ਆ, ਮਜ਼ਾਕ ਮਜ਼ੂਕ ਛੱਡੋ ਅਤੇ ਤੁਹਾਨੂੰ ਹੁਣ ਫਿਲਮ ਦੀ ਸਟੋਰੀ ਦੱਸਦੇ ਹਾਂ। ਹੁਣ ਫਿਲਮ ਦੇ ਵਿੱਚ ਹੈਗੀ ਗੱਲਬਾਤ, ਏਅਰ ਹੋਸਟਲ ਬਣਨੀਆਂ ਚਾਹੁੰਦੀਆਂ ਹੁੰਦੀਆਂ, ਜੇ ਤਿੰਨੇ ਜਾਣੀਆਂ ਸਹੇਲੀਆਂ ਬਹੁਤ ਵਧੀਆ ਹੁੰਦੀਆਂ, ਠੀਕ ਹੈ ਜੀ। ਏਅਰ ਹੋਸਟਲ ਬਣ ਵੀ ਜਾਂਦੀਆਂ, ਅਤੇ ਜਿਹੜੇ ਦਲਜੀਤ ਹੈਗਾ, ਦਲਜੀਤ ਹੁੰਦਾ ਯਾਰ ਉਹਦਾ ਕ੍ਰਿਤੀ ਸੈਨਨ ਦਾ, ਅਤੇ ਕਪਿਲ ਸ਼ਰਮਾ ਹੁੰਦਾ ਆਪਣੇ ਬੇਬੋ ਦਾ, ਕਰੀਨਾ ਕਪੂਰ ਦਾ ਘਰ ਵਾਲਾ, ਠੀਕ ਹੈ ਜੀ। ਅਤੇ ਆਪਣੀ ਇਹ ਹੁੰਦੀ ਸਿੰਗਲ ਤੱਬੂ, ਠੀਕ ਹੈ ਜੀ। ਹੁਣ ਸਟੋਰੀ ਇਹਦੇ 'ਚ ਇਹੀ ਹੈਗੀ ਕਿ ਉਹ ਏਅਰ ਹੋਸਟਲ ਬਣ ਜਾਂਦੀਆਂ ਆ, ਬਟ ਏਅਰ ਹੋਸਟਲ ਤਾਂ ਇਹ ਬਣ ਗਈ ਆ, ਕ੍ਰਿਊ ਕਦੋਂ ਗਿਆ ਇਹਨਾਂ ਨੂੰ? ਕ੍ਰਿਊ ਕਹਿਣ ਦਾ ਮਤਲਬ ਕੀ ਆ, ਲਾਈਫ ਤਾਂ ਹਰ ਕੇ ਦੀ ਚੱਲੀ ਜਾਂਦੀ ਵਧੀਆ, ਕੰਮ ਕਾਰ ਮੁੜ ਕੇ ਘਰ, ਖਾਣਾ ਪੀਣਾ ਵਧੀਆ, ਹੈ ਨਾ ਜੀ। ਤੱਬੂ ਜਿਹੜੀ ਹੁੰਦੀ ਆ ਬਹੁਤ ਕੰਜੂਸ ਹੁੰਦੀ ਆ, ਕਰੀਨਾ ਕਪੂਰ ਹੁੰਦੀ ਆ ਬਹੁਤ ਪੈਸੇ ਉਡਾਉਣ ਵਾਲੀ ਹੁੰਦੀ ਆ, ਕ੍ਰਿਤੀ ਸੈਨਨ ਤਾਂ ਹਜੇ ਪੈਸੇ ਜੋੜਨੇ ਹੁੰਦੇ ਆ, ਠੀਕ ਹੈ ਜੀ। ਹੁਣ ਕ੍ਰਿਊ ਇਹਨਾਂ ਨੂੰ ਕਦੋਂ ਕਿਹਾ ਗਿਆ ਆ, ਬੋਲੀਵੁੱਡ ਵਾਲਿਆਂ ਨੇ ਇਹਨਾਂ ਨੂੰ ਕਦੋਂ ਕ੍ਰਿਊ ਕਿਹਾ, ਕ੍ਰਿਊ ਬਣਾਇਆ ਕਦੋਂ? ਕ੍ਰਿਊ ਦਾ ਮਤਲਬ ਹੁੰਦਾ ਕਿ ਇਹ ਜਦੋਂ ਫਿਲਮ ਦੇ ਵਿੱਚ ਕੰਮ ਵਧੀਆ ਕਰਦੀਆਂ ਹੁੰਦੀਆਂ ਸਕ੍ਰਿਪਟ ਦੇ ਹਿਸਾਬ ਨਾਲ, ਇਹਨਾਂ ਨੂੰ ਕੀ ਹੁੰਦਾ, ਇਹਨਾਂ ਦੇ ਇੱਕ ਇਲਜ਼ਾਮ ਲੱਗ ਜਾਂਦਾ ਸੋਨਾ ਚੋਰੀ ਦਾ। ਉਹ ਸੋਨਾ ਚੋਰੀ ਦਾ ਇਹਨਾਂ 'ਤੇ ਇਲਜ਼ਾਮ ਕਿਉਂ ਲੱਗਦਾ ਆ? ਇਹਨਾਂ 'ਤੇ ਇਸ ਲਈ ਇਲਜ਼ਾਮ ਲੱਗਦਾ ਕਿਉਂਕਿ ਇਹਨਾਂ ਨੂੰ ਫਸਾਇਆ ਜਾਂਦਾ ਆ, ਇਹਨਾਂ ਦੀ ਇਹ ਹੋਸਟਲ ਇੱਕ ਸਹੇਲੀ ਨੇ, ਉਹਨੇ ਤਾਂ ਫਸਾਇਆ ਹੁੰਦਾ ਕਿਉਂਕਿ ਉਹਦਾ ਵਿਆਹ ਹੋ ਗਿਆ ਹੁੰਦਾ ਅਤੇ ਉਹਦਾ ਪਤੀ ਇਹਨਾਂ ਨਾਲ ਕੰਮ ਕਰਦਾ ਹੁੰਦਾ ਆ ਏਅਰ ਹੋਸਟਲ ਨਾਲ, ਅਤੇ ਆਸ਼ਿਕ ਸੀਗਾ, ਬਾਕੀ ਏਅਰ ਹੋਸਟਲ ਕੁੜੀਆਂ ਨੂੰ ਵੀ ਛੇੜਦਾ ਸੀ ਜਾਂ ਉਹਨਾਂ ਨਾਲ ਟਾਈਮ ਸਪੈਂਡ ਕਰਦਾ ਸੀ, ਤਾਂ ਉਹਦੀ ਇਹਨਾਂ ਦੀ ਸਹੇਲੀ ਸੀ ਜਿਹਨੇ ਇਹਨੂੰ ਫਸਾਇਆ, ਉਹਨੂੰ ਪਤਾ ਲੱਗ ਜਾਂਦਾ ਕਿ ਉਹਦਾ ਪਤੀ ਇੱਦਾਂ ਦਾ ਹੈਗਾ ਆ, ਤਾਂ ਉਹਨੂੰ ਫਸਾਉਣਾ ਚਾਹੁੰਦੀ ਹੁੰਦੀ ਆ। ਉਹਨੂੰ ਪਤਾ ਲੱਗ ਜਾਂਦਾ ਹੈ ਕਿ ਇਸ ਏਅਰਪਲੇਨ ਵਿੱਚ ਸੋਨੇ ਦਾ ਕੰਮ, ਸੋਨੇ ਦੀ ਸਮਗਲਿੰਗ ਚੱਲਦੀ ਆ, ਤਾਂ ਉਹਨੂੰ ਫਸਾਉਣਾ ਚਾਹੁੰਦੀ, ਨਾਲੇ ਤਿੰਨ ਜਾਣੀਆਂ ਫਸ ਜਾਂਦੀਆਂ ਆ। ਬਸ ਇਸੇ ਚੱਕਰ 'ਚ ਇਹਨਾਂ ਨੂੰ ਉੱਥੋਂ ਕੱਢ ਦਿੱਤਾ ਜਾਂਦਾ ਆ, ਅਤੇ ਤਾਂ ਇਹਨਾਂ ਨੂੰ ਕਹਿਆ ਕ੍ਰਿਊ। ਹੁਣ ਇਹ ਕ੍ਰਿਊ ਬਣ ਕੇ ਕੀ ਕਰਦੀਆਂ ਆ, ਦੇਖੋ ਅਤੇ ਸੁਣੋ। ਆਜ਼ਾਦ ਨਗਰ ਸਬਜ਼ੀ ਮੰਡੀ ਵਿੱਚ ਜਾ ਕੇ ਇਹ ਉਹਨੂੰ ਫੜਦੀਆਂ ਆ, ਠੀਕ ਹੈ ਜੀ। ਉਹਨੂੰ ਫੜਦੀਆਂ ਤਾਂ ਇਹਨੂੰ ਦੇਖ ਕੇ ਦੌੜਨ ਦੀ ਕੋਸ਼ਿਸ਼ ਕਰਦੀਆਂ, ਅਤੇ ਮੁੜ ਕੇ ਇਹ ਕਹਿੰਦੀ ਸਾਡਾ ਇੱਦਾਂ ਕਾਹਤੋਂ ਕੀਤਾ, ਸਾਡੀ ਜ਼ਿੰਦਗੀ ਕਾਹਤੋਂ ਖਰਾਬ ਕਰਤੀ ਤੂੰ, ਸਾਨੂੰ ਕਾਹਤੋਂ ਤੂੰ ਚੋਰ ਕਹਾ ਤਾ ਸੋਨੇ ਦਾ, ਨਾਲ ਸਾਨੂੰ ਤਾਂ ਪਤਾ ਨਹੀਂ ਜਹਾਜ਼ ਸੋਨਾ ਕਿੱਥੋਂ ਆਇਆ, ਜਹਾਜ਼ ਸੋਨਾ ਆ ਹੀ ਨਹੀਂ ਸਕਦਾ। ਤਾਂ ਉਹ ਕਹਿੰਦੀ ਮੈਂ ਤਾਂ ਆਪਣੇ ਪਤੀ ਨੂੰ ਫਸਾਉਣਾ ਸੀਗਾ, ਜਿਹੜਾ ਮਹੀਨਾ ਨਹੀਂ ਰਹਿੰਦਾ ਅਤੇ ਬਾਹਰ ਹੀ ਮੂੰਹ ਮਾਰਦਾ, ਤਾਂ ਇਸ ਕਰਕੇ ਬੱਚਿਆਂ ਲਈ ਹੈ ਤਾਂ ਹੈ ਨਹੀਂ ਫਿਲਮ, ਅਤੇ ਵੱਡਿਆਂ ਦੇ ਵੀ ਕੀ ਹੈਗਾ, ਐਵੇਂ ਇਹੀ ਬਸ ਹੈਗਾ, ਉਹ ਇੱਥੇ ਮਾਰਦਾ ਉੱਥੇ ਮਾਰਦਾ। ਆਸ਼ਕੀ ਦਿਖਾਉਂਦੇ ਸਾਡੇ ਕੋਈ ਚਾਹੀਦੀ ਫਿਲਮ ਤਾਂ ਬਣਾਉਂਦੇ ਨਹੀਂ, ਚਲੋ ਤੁਹਾਡਾ ਮਜ਼ਾ ਨਹੀਂ ਖਰਾਬ ਕਰਦੇ। ਫਿਲਮ ਦੀ ਸਟੋਰੀ ਦੇਖੋ, ਇਹ ਉਹ ਸੱਚ ਦੱਸ ਦਿੰਦੀ, ਅਤੇ ਮੁੜ ਕੇ ਕਹਿੰਦੀ ਸੋਨਾ ਆਇਆ ਕਿੱਥੋਂ, ਹੈ ਕਿੱਦਾਂ, ਇੱਦਾਂ ਕਿੱਦਾਂ ਜਹਾਜ਼ ਦਿੰਦਾ, ਸਮਗਲਿੰਗ ਕਿੱਦਾਂ ਹੋ ਸਕਦੀ? ਉਹ ਕਹਿੰਦੀ ਤੁਹਾਡਾ ਚੇਅਰਮੈਨ ਹੀ ਆ, ਏਅਰ ਹੋਸਟਲਾਂ ਦਾ ਚੇਅਰਮੈਨ ਹੀ ਹੁੰਦਾ ਆ, ਉਹਨੇ ਇਹ ਸਭ ਕੁਝ ਕੀਤਾ, ਉਹੀ ਸੋਨੀ ਸਮਗਲਿੰਗ ਕਰਦਾ। ਫਿਰ ਕੈਲਕੂਲੇਟ ਕਰਦੀਆਂ ਕਿੱਦਾਂ, ਇੱਕ ਹਫ਼ਤੇ ਦੇ ਅੰਦਰ ਉਹ 3000 ਕਰੋੜ ਦੀ, ਯਾਨੀ ਕਿ ਇੱਕ ਹਫ਼ਤੇ 7 ਦਿਨ ਹੁੰਦੀ ਆ, ਕਿਸੇ ਵੀ ਦਿਨ ਉਹ ਵੀਰਵਾਰ ਲਾ ਲਓ, ਸ਼ੁੱਕਰਵਾਰ ਲਾ ਲਓ, ਜਾਂ ਜਿਹੜੇ ਮਰਜ਼ੀ ਦਿਨ ਉਹਨੇ ਇੱਕ ਦਿਨ ਸਮਗਲਿੰਗ ਕਰਨੀ ਹੁੰਦੀ, 3000 ਕਰੋੜ ਦਾ ਸੋਨਾ, ਬਿਸਕੁਟ ਹੁੰਦੇ ਨਾ, 3000 ਕਰੋੜ ਦਾ ਸੋਨਾ ਸਮਗਲਿੰਗ ਕਰਦਾ ਹੁੰਦਾ, ਉਹਦਾ ਨਾਮ ਹੈਗਾ ਬਾਲੀਆ, ਬਾਲੀਆ ਸਾਹਿਬ ਚੇਅਰਮੈਨ ਹੁੰਦੇ ਇਹਨਾਂ ਦੇ। ਤਾਂ ਫਿਰ ਇਹ ਕਹਿੰਦੇ ਹੁਣ ਕੁਛ ਨਾ ਕੁਛ ਕਰਨਾ ਪੈਂਦਾ, ਫਿਰ ਦਿਮਾਗ ਚਲਾਉਂਦੀ ਆ ਕਿ ਆਪਾਂ ਨੂੰ ਲੁੱਟਣਾ ਜਿੱਦਾਂ ਮਰਜ਼ੀ ਕਰਕੇ, ਤਾਂ ਬਸ ਫਿਰ ਉਹੀ ਇਹਨਾਂ ਦਾ ਕੰਮ ਸ਼ੁਰੂ ਹੁੰਦਾ ਕਰਿਊ। ਉਹੀ ਕੰਮ ਸੋਨਾ
ਸੋਹਣੇ ਸੋਹਣੇ ਬਣ ਕੇ ਇੱਥੇ ਜਾ ਕੇ ਦੇਖਣਾ, ਅਤੇ ਉਹ ਜਿਹੜਾ ਬਾਲੀਆ ਹੁੰਦਾ ਉਹਦੇ ਤਾਂ ਹੋਟਲ ਵੀ ਹੁੰਦੇ ਆ, ਰੈਸਟੋਰੈਂਟ ਵੀ ਹੁੰਦੇ ਆ, ਅਤੇ ਉੱਥੇ ਉੱਥੇ ਜਾ ਕੇ ਦੇਖਦੀਆਂ ਆ, $100 ਦੀ ਕੌਫੀ ਪੀਂਦੀਆਂ ਆ, ਕਹਿੰਦੀ ਆਪਾਂ ਇੱਦਾਂ ਕੱਪ 'ਚ ਛੱਡ ਨਹੀਂ ਸਕਦੀਆਂ, $100 ਦੀ ਕੌਫੀ ਪੀਤੀ ਆ, ਕਿਉਂਕਿ ਚੈੱਕ ਕਰਦੀ ਆ ਨਾ ਕੀ ਕੰਮ ਉਹਦਾ ਕਿੱਦਾਂ ਕੀ ਨਹੀਂ, ਸੋਨੇ ਸਮਗਲਿੰਗ ਕਿੱਦਾਂ ਕਰਦਾ ਜਹਾਜ਼ ਵਿੱਚ, ਕਿੱਥੇ ਲੈ ਜਾਂਦਾ ਆ। ਮੁੜ ਕੇ ਉਹਦੇ ਜਦੋਂ ਹੋਟਲ ਜਾਂਦੀ ਆ, ਵੱਡੇ ਰਿਸੋਰਟ 'ਚ ਜਾਂਦੀ ਆ, ਅਤੇ ਦੇਖਦੀਆਂ ਕਿ ਹਾਂ ਵੀ ਇੱਥੇ ਆਪਾਂ ਕਿੱਦਾਂ ਕਰਾਂਗੇ। ਉੱਥੇ ਇਹਨਾਂ ਦੀ ਹੋਰ ਵੀ ਦੋ ਚਾਰ ਸਹੇਲੀਆਂ ਨਿਕਲ ਆਉਂਦੀਆਂ ਸਟੋਰੀ 'ਚ ਜੋ ਇਹਨਾਂ ਨੇ ਪਾਇਆ ਹੁੰਦਾ ਆ, ਅਤੇ ਉਹਨਾਂ ਨਾਲ ਗੱਲਬਾਤ ਕਰਕੇ ਉੱਥੇ ਇੱਦਾਂ ਧੱਕੇ ਨਾਲ ਵੜ ਵੜ ਕੇ ਦੇਖਦੇ ਹਾਂ। ਕਹਿੰਦੀ ਹੁਣ ਇੱਥੇ ਸੋਨਾ ਆਉਂਦਾ ਆ, ਦੇਖ ਲੈਂਦੇ ਹਾਂ ਸੋਨਾ। ਉੱਥੇ ਜਦੋਂ ਦੇਖਦੀਆਂ ਜਾਂ ਕਮਰਿਆਂ 'ਤੇ ਸੋਨਾ ਨਹੀਂ ਹੁੰਦਾ, ਖਾਲੀ ਬੈਗ ਹੁੰਦੇ, ਕਿਉਂਕਿ ਸੋਨਾ ਸ਼ਿਫਟ ਕਰ ਚੁੱਕਾ। ਫਿਰ ਆਉਂਦੀਆਂ, ਕਹਿੰਦੀ ਆਪਾਂ ਇੰਨੀ ਮਿਹਨਤ ਕਰਕੇ ਇੱਥੇ ਆਈਆਂ ਆ, ਕਰਿਊ ਬਣ ਕੇ ਆਈਆਂ ਆ, ਸੋਨਾ ਲੁੱਟਣ ਆਈਆਂ ਜਾਂ ਉਹਨੂੰ ਮਜ਼ਾ 'ਚ ਕਰਨ ਆਈਆਂ, ਆਪਣੀ ਜ਼ਿੰਦਗੀ ਵਧੀਆ ਜੀਣ ਆਈਆਂ, ਤਾਂ ਸਾਰੀ ਇੱਦਾਂ ਹੀ ਰਹਿ ਜਾਂਦੀਆਂ। ਮੁੜ ਕੇ ਇਹ ਫਿਰ ਦੁਬਾਰਾ ਦਿਮਾਗ 'ਚ ਲਾਉਂਦੀਆਂ, ਅਗਲੇ ਹਫ਼ਤੇ ਦਾ, ਦੋ ਹਫ਼ਤੇ ਦੇ ਬਾਅਦ ਵੇਟ ਕਰਦੀਆਂ ਆ ਕਿ ਅਗਲਾ ਹਫ਼ਤਾ ਜਦੋਂ ਆਊਗਾ ਤਾਂ ਆਪਾਂ ਉਹਨੂੰ ਜਹਾਜ਼ 'ਚ ਹੀ ਲੁੱਟ ਲਾਂਗੇ, ਅਤੇ ਜਹਾਜ਼ ਵਿੱਚੋਂ ਜਾਣ ਲੱਗਾ ਹੁੰਦਾ ਆਪਣੀ ਕੁੜੀ ਨਾਲ, ਆਪਣੇ ਮੁੰਡੇ ਨਾਲ, ਅਤੇ ਆਪ ਵੈਡਿੰਗ ਪਾਰਟੀ ਦੇ ਆਪਣੀ ਕੁੜੀ ਦੇ ਲਈ, ਤਾਂ ਉੱਥੇ ਮੌਕੇ 'ਤੇ ਚੌਕਾ ਮਾਰਦੀਆਂ। ਫਿਲਮ ਦਾ ਐਂਡ ਵੀ ਉੱਥੇ ਹੀ ਹੁੰਦਾ ਆ, ਇਹ ਜਿੱਦਾਂ ਕਿ ਜਿਹੜੇ ਬੰਦਿਆਂ ਜਾਣਾ ਹੁੰਦਾ ਆ ਉਹਨਾਂ ਦੀਆਂ ਆਈਡੈਂਟੀ ਕਾਰਡ ਚੜਾ ਕੇ, ਆਪਣੀ ਸਹੇਲੀ ਤੋਂ ਉਹਦਾ ਆਈਡੈਂਟੀ ਕਾਰਡ ਅਤੇ ਆਪਣੀ ਫੋਟੋ ਲਾ ਕੇ, ਜਿੱਦਾਂ ਕੋਈ ਚੱਲਦਾ ਫੋਟੋ ਲਾ ਕੇ ਬਸ ਉਸ ਸ਼ੋਅ ਕਰਾਉਂਦੇ ਕਿ ਆਪਾਂ ਹੀ ਹੈਗੀਆਂ ਜਾਂ ਕ੍ਰਿਟੀਸਨ ਜਾ ਕੇ ਜਹਾਜ਼ ਫੜ ਲੈਂਦੀ ਚਲਾਉਣ ਲਈ, ਕਰੀਨਾ ਕੈਫ ਸੱਚ ਕਰੀਨਾ ਕਪੂਰ ਜਾ ਕੇ ਪਿੱਛੇ ਸਰਵ ਕਰਦੀ ਆ ਆਪਣੇ ਬੀਅਰ ਵਗੈਰਾ, ਅਤੇ ਉਹ 'ਚ ਨਸ਼ੇ ਦੀ ਗੋਲੀਆਂ ਪਾ ਦਿੰਦੀ ਆ, ਸਾਰੇ ਜਣੇ ਪੀ ਕੇ ਸੈੱਟ ਹੋ ਜਾਂਦੇ ਆ। ਮੁੜ ਕੇ ਬਸ ਬੈਗ ਖੋਲ ਕੇ ਦੇਖਦੀ ਆ, ਸੋਨੇ ਬਿਸਕੁਟ ਹੁੰਦੇ, $3,000 ਤੋਂ ਸੋਨਾ ਹੁੰਦਾ, ਅਤੇ ਉਹਨੂੰ ਕਹਿੰਦੀ ਕਿਤੇ ਲੈਂਡ ਕਰਾ ਦੇ ਇੱਦਾਂ ਜਗ੍ਹਾ 'ਤੇ, ਕ੍ਰਿਤੀ ਸਨ ਫਿਰ ਲੈਂਡ ਕਰਾ ਦਿੰਦੀ ਆ ਜਹਾਜ਼ ਨੂੰ, ਅਤੇ ਮੁੜ ਕੇ ਉੱਥੋਂ ਸੋਨਾ ਲੈ ਕੇ ਫਰਾਰ ਬਸ। ਅਤੇ ਉਹਨਾਂ ਨੂੰ ਜਾਂਦੀ ਜਾਂਦੀ ਕਹਿ ਦਿੰਦੀਆਂ ਕਿ ਉੱਠੋ ਉੱਠੋ ਜੀ, ਅਸੀਂ ਆਪਣਾ ਬਦਲਾ ਪੂਰਾ ਕਰ ਲਿਆ ਆ। ਬਸ ਇਹ ਹੀ ਹੈ ਜੀ ਇਹਨਾਂ ਦੀ ਕਹਾਣੀ, ਅਤੇ ਕੁਛ ਖਾਸ ਨਹੀਂ ਸੀਗੀ, ਐਵੇਂ ਬੱਚਿਆਂ ਵਾਲੀ ਫਿਲਮ ਤਾਂ ਨਹੀਂ ਹੈਗੀ। ਬਸ ਇਹ ਆ ਕਿ ਸਮਗਲਿੰਗ ਹੁੰਦੀ ਹੈ ਜਾਂ ਕੁਛ ਹੁੰਦੀ ਆ, ਅਤੇ ਫਸਾਉਣ ਦਾ ਕਾਰਨ ਕੀ ਸੀਗਾ, ਉਹ ਆਸ਼ਕੀ ਸੀ ਉਹਦਾ ਪਤੀ ਕਰਦਾ, ਉਹਨੇ ਫਸਾਉਣਾ, ਉਹਨੂੰ ਸੀ ਫਸ ਜਾਂਦੀ ਆ ਕਰਿਊ, ਅਤੇ ਬਾਕੀ ਦਾ ਹੋਠ ਊਠ ਕੱਪੜੇ ਪਾ ਕੇ ਜਾਂ ਕੁਛ ਵੀ ਦਿਖਾ ਕੇ ਜਨਤਾ ਨੂੰ ਖਿੱਚਣਾ ਜਾਂ ਕੁਛ ਵੀ। ਬੱਚੇ ਵਾਲੀ ਫਿਲਮ ਹੈ ਨਹੀਂ। ਚੰਗਾ, ਧੰਨਵਾਦ। ਜੇ ਫਿਲਮ ਬਾਰੇ ਤੁਹਾਨੂੰ ਵਧੀਆ ਦੱਸਿਆ, ਮੈਂ ਕੋਈ ਮਾੜਾ ਨਹੀਂ ਦੱਸਿਆ ਹੈਗਾ। ਚੰਗਾ।